ਸੋ ਤੁਸੀਂ ਅਟਾਰੀ ਵਾਲੇ ਬਾਰਡਰ ਤੇ ਆ ਅਸੀਂ ਲੋਕ ਹਮੇਸ਼ਾ ਹੀ ਆਪਣੀ ਸੁੱਚੀ ਕਿਰਤ ਕਰਦੇ ਆ ਹਮੇਸ਼ਾ ਹੀ ਜ਼ੁਲਮ ਦਾ ਟਾਕਰਾ ਕਰਦੇ ਆ ਉਹ ਬਾਰਡਰ ਹੈ ਚਾਹੇ ਕੋਈ ਵੀ ਧਾੜ ਵੀ ਆਇਆ ਇੱਥੋਂ ਦੀ ਲੰਘ ਕੇ ਗਿਆ ਪਰ ਅਸੀਂ ਉਹਨੂੰ ਹਮੇਸ਼ਾ ਹੀ ਰੋਕਿਆ ਜੇ ਉਹ ਰੋਕਿਆ ਨਹੀਂ ਤੇ ਉਹਨੂੰ ਅਸੀਂ ਪਛਾਣ ਜਾਣ ਲੱਗਿਆ ਕੋਈ ਲਿਜਾਣ ਨਹੀਂ ਦਿੱਤਾ ਉਹਦੇ ਕੋਲ ਸਭ ਕੁਝ ਖੋ ਕੇ ਇੱਥੇ ਰੱਖਿਆ ਕਿ ਸਾਡੀ ਇੱਜ਼ਤ ਪੱਤ ਸਾਡੀ ਜਾਇਦਾਦ ਤੂੰ ਧਾੜਵੀ ਏਦਾਂ ਨਹੀਂ ਲਿਜਾ ਸਕਦਾ ਸੋ ਇਹ ਉਹ ਧਾੜਵੀ ਨੇ ਮਾਤਾ ਜੀ ਜਦੋਂ ਬੋਲ ਲੈਂਦੇ ਸਾਡੇ ਕੋਲ ਬੋਲਣ ਦੇ ਅਲਫਾਜ਼ ਘੱਟ ਜਾਂਦੇ ਆ ਕਿਉਂਕਿ ਜਦੋਂ ਬਹੁਤੀ ਸਵਾਦ ਚੀਜ਼ ਖਾ ਲਈਏ ਫਿਰ ਦੂਜਾ ਫਿੱਕਾ ਫਿੱਕਾ ਲੱਗਦਾ ਹੁਣ ਮਾਤਾ ਜੀ ਵੀ ਸਾਨੂੰ ਟ੍ਰੇਨਿੰਗ ਲੈਣੀ ਪੈਣੀ ਜਾਪ ਦੀ ਸੋ ਕਿਉਂਕਿ ਤੁਹਾਡੇ ਕੋਲ ਬਹੁਤ ਵੋਕੈਬਲਰੀ ਹੈ ਸ਼ਬਦ ਕੋਸ਼ ਹੈ ਬਹੁਤ ਵੱਡਾ ਤੁਹਾਡਾ ਆਸ਼ੀਰਵਾਦ ਹੈ ਸਾਡੇ ਤੇ ਦਾਨਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ ਬਹੁਤ ਬਹੁਤ ਆਮ ਆਦਮੀ ਪਾਰਟੀ ਵਾਲਿਆਂ ਨੇ ਬਾਕਰੀ ਪਾਰਟੀਆਂ ਜੋ ਲੈ ਕੇ ਬੰਦੇ ਕਹਿੰਦੇ ਬਦਲਾਵ ਲੈ ਕੇ ਆਣਾ ਇਹਨਾਂ ਦੇ ਜਿਹੜੇ ਕੈਂਡੀਡੇਟ ਹੈ ਤੀਸਰਾ ਹਿੱਸਾ ਉਹਨਾਂ ਜੋ ਕ੍ਰਿਮੀਨਲ ਬੰਦੇ ਹੈ ਕਿੰਨੇ ਹੀ ਕ੍ਰਿਮੀਨਲ ਬੰਦੇ ਇਹਨਾਂ ਨੇ ਟਿਕਟਾਂ ਦੇ ਦਿੱਤੀਆਂ ਜਿਹੜਾ ਬੰਦਾ ਪਹਿਲਾਂ ਕਾਂਗਰਸ ਚ ਹੁੰਦਾ ਬੜਾ ਮਾੜਾ ਹੁੰਦਾ ਜਦ ਆਮ ਆਦਮੀ ਚਲੇ ਜਾਂਦਾ ਇਹ ਛੜੀ ਫੇਰਦੇ ਆ ਉੱਪਰ ਨੂੰ ਤਾਂ ਉਹ ਦੁੱਧ ਧੋਤਾ ਹੋ ਜਾਂਦਾ ਕਿਹੜਾ ਬਦਲਾਵ ਲੈ ਕੇ ਆਉਣਾ ਚਾਹੁੰਦੇ ਆ ਇਹਨਾਂ ਦੇ ਅੱਧ ਤੋਂ ਜ਼ਿਆਦਾ ਬਾਕੀ ਪਾਰਟੀਆਂ ਜੋ ਬੰਦੇ ਆਏ ਤੀਸਰਾ ਹਿੱਸਾ ਬੰਦੇ ਕ੍ਰਿਮੀਨਲ ਹੈ ਜਿਨ੍ਹਾਂ ਪਰ ਪਰਚੇ ਦਰਜ ਹੈ ਅਜਿਹਾ ਬਦਲਾਵ ਲੈ ਕੇ ਆਉਣਾ ਚਾਹੁੰਦੇ ਆ ਤੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਹੈ ਭਗਵੰਤ ਮਾਨ ਕਹਿੰਦਾ ਲਿਆ ਮੈਂ ਤੇਰੇ ਕੇਸ ਬੰਨਿਆ ਮੇਰੇ ਨਿਕਲੇ ਸ਼ਰਾਬੀਆ ਯਾਰ ਮਾਂ ਦੇ ਪੁੱਤ ਦਾ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਪੀਤੀ ਹੁੰਦੀ ਹੈ ਕਈ ਵਾਰ ਸਵੇਰ ਤੇ ਟੱਲੀ ਹੋ ਜਾਂਦਾ ਪਾਰਲੀਮੈਂਟ ਚ ਵੀ ਦਾਰੂ ਪੀ ਕੇ ਜਾਂਦਾ ਹੈ ਕੇਜਰੀਵਾਲ ਹਰਿਆਣੇ ਦਾ ਰਹਿਣ ਵਾਲਾ ਹੈ ਦਿੱਲੀ ਦਾ ਮੁੱਖ ਮੰਤਰੀ ਹੈ ਸਾਡੇ ਦਿੱਲੀ ਦੇ ਨਾਲ ਹਰਿਆਣੇ ਦੇ ਨਾਲ ਪਾਣੀਆਂ ਦਾ ਝਗੜਾ ਹੈ ਐਫੀਡੈਵਿਟ ਦਿੱਤਾ ਇਹਨੇ ਕਹਿੰਦਾ ਇਸ ਵਾਰੀ ਲਹਿਰ ਨਿਕਲਣੀ ਚਾਹੀਦੀ ਪੰਜਾਬ ਦਾ ਪਾਣੀ ਦਿੱਲੀ ਔਰ ਹਰਿਆਣੇ ਨੂੰ ਆਵੇ ਕੋਈ ਹੈ ਜਵਾਬ ਇਹਦੇ ਕੋਲ ਇਸ ਗੱਲ ਦਾ ਸਾਡਾ ਚੰਡੀਗੜ੍ਹ ਦਾ ਝਗੜਾ ਹਰਿਆਣੇ ਦੇ ਨਾਲ ਇਹ ਹਰਿਆਣੇ ਦਾ ਰਹਿਣ ਵਾਲਾ ਹੈ ਸਾਡਾ ਪੰਜਾਬੀ ਬੋਲੀ ਬੋਲਦੇ ਇਲਾਕਿਆਂ ਦਾ ਝਗੜਾ ਹਰਿਆਣੇ ਦੇ ਨਾਲ ਸਾਰੇ ਸਾਡੇ ਬੜੇ ਬੜੇ ਮਸਲੇ ਹਰਿਆਣੇ ਦੇ ਨਾਲ ਹੈ ਫਿਰ ਕਿਸ ਤਰ੍ਹਾਂ ਇੱਕ ਹਰਿਆਣੇ ਵਾਲੇ ਬੰਦੇ ਨੂੰ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਜਿਹਦੇ ਨਾਲ ਸਾਡੇ ਝਗੜੇ ਹੈ
ਉਹਨੂੰ ਸਾਰੀ ਸਦਾ ਕਿਸ ਤਰ੍ਹਾਂ ਸੰਭਾਲ ਦਈਏ ਕਿ ਸਾਡੇ ਭਾਂਤੇ ਦਾ ਪਤਾ ਨਹੀਂ ਲੱਗਣਾ, ਇਹਨੂੰ ਪਤਾ ਨਹੀਂ ਲੱਗਣਾ ਕਿਆ ਸਹਿਨ ਕਰਾ ਲਏ, ਮੇਰੇ ਤੇ ਨਾ ਪੜ੍ਹਨਾ ਆਉਂਦਾ, ਖਾਧੀ ਪੀਤੀ ਚ ਵੀ ਕਰਾ ਲਊਗਾ, ਕਿਆ ਪਤਾ ਕਿਹੜਾ ਮੀਡੀਅਮ ਸਹਿਨ ਕਰਾ ਲਵੇ। ਇਸ ਕਰਕੇ ਸਤਿਕਾਰਯੋਗ ਵੀਰੋ, ਪੰਜਾਬੀ ਪੰਜਾਬੀਆਂ ਨੂੰ ਹੀ ਰਾਜਪਾਲ ਸੰਭਾਲੋ, ਇਹ ਦਿੱਲੀ ਤੇ ਆਇਆਂ ਨੂੰ ਨਹੀਂ, ਇਹ ਲੋਕ ਪੰਜਾਬ ਨੂੰ ਲੁੱਟਣ ਆਏ ਆ। 5000 ਬੰਦਾ ਇਹਨਾਂ ਦਾ ਬਾਹਰੋਂ ਆਇਆ ਹੋਇਆ, ਕਿਸੇ ਉਮੀਦਵਾਰ ਦੀ ਕੋਈ ਨਹੀਂ ਚੱਲਦੀ, ਨਾ ਭਾਂਤੇ ਦੀ ਚੱਲਦੀ ਹੈ, ਉਹਦੇ ਨਾਲ ਵੀ 10 ਬੰਦੇ ਲਾਏ ਹੋਏ, ਕੋਈ ਸੁਣਵਾਈ ਨਹੀਂ ਇਹਨਾਂ ਦੀ, ਪੈਸੇ ਲੈ ਕੇ ਟਿਕਟਾਂ ਦਿੰਦੇ। ਮੈਂ ਕਿਹਾ, ਮੈਂ ਕਿਹਾ ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਤੋਂ ਅੰਗਰੇਜ਼ ਆਏ ਸੀ, ਉਹਨਾਂ ਨੇ ਹਿੰਦੁਸਤਾਨ ਪਰ ਕਬਜ਼ਾ ਕਰ ਲਿਆ, ਲੁੱਟਿਆ ਕੁੱਟਿਆ ਹਿੰਦੁਸਤਾਨ ਨੂੰ, ਉਸੇ ਤਰ੍ਹਾਂ ਇਹ ਦਿੱਲੀ ਤੋਂ ਕਾਲੇ ਅੰਗਰੇਜ਼ ਆ ਗਏ, ਉਹ ਚਿੱਟੇ ਅੰਗਰੇਜ਼ ਤੇ ਮੈਨੂੰ ਕਹਿੰਦਾ, ਮੈਨੂੰ ਕਾਲਾ ਕਹਿੰਦਾ ਹੈ, ਕੇਜਰੀਵਾਲ ਕਹਿੰਦਾ ਉਹਨੂੰ ਕਾਲਾ ਕਹਿੰਦਾ ਹੈ, ਮੈਂ ਕਿਹਾ ਚਿੱਟਾ ਕਹਿ ਦਿੰਦਾ, ਹੈ ਤਾਂ ਭਾਰਤੀ ਹੈ ਤਾਂ ਅੰਗਰੇਜ਼ੀ ਹੈ, ਸਾਡੇ ਤਾਂ ਤੁਸੀਂ ਹੈ ਨਹੀਂ, ਸਾਡਾ ਤੁਹਾਡੇ ਨਾਲ ਕਿਆ ਗੱਡਾ ਪਿਆ ਵਾ। ਕਹਿੰਦਾ ਜੀ ਇਹ ਨਕਲੀ ਆਮ ਆਦਮੀ ਹੈ। ਮੈਂ ਕਿਹਾ ਅੱਛਾ, ਮੈਂ ਪਿੰਡਾਂ 'ਚ ਗਰੀਬ ਪਰਿਵਾਰ 'ਚ ਪਿੰਡਾਂ 'ਚ ਜੰਮਿਆ, ਮੈਂ ਨਕਲੀ ਹੋ ਗਿਆ, ਤੂੰ ਅਸਲੀ ਹੋ ਗਿਆ, ਕਦੇ ਗੁੱਲੀ ਡੰਡਾ ਖੇਲਿਆ ਪਿੰਡਾਂ ਦੇ ਵਿੱਚ, ਕਦੇ ਪਿੱਠੂ ਪਤਾ ਕਿਸ ਤਰ੍ਹਾਂ ਖੇਲਦੇ ਹੈ, ਕਦੇ ਬਾਂਦਰ ਕਿੱਲੀ ਖੇਲ ਕੇ ਦੇਖਿਆ, ਜਾਂ ਤੇਰੇ ਵਰਗੇ ਨੂੰ ਗੋਲ ਚੱਕਰ 'ਚ ਖੜਾਇਆ, ਉਹਦਾ ਚਾਰੇ ਪਾਸੇ ਦੇ ਜੁੱਤੀਆਂ ਪੈਂਦੀਆਂ, ਪਲੇੜੀ ਪੈਂਦੀ, ਫਿਰ ਇਹ ਸਾਨੂੰ ਨਕਲੀ ਦੱਸਦੇ। ਇਸ ਕਰਕੇ ਸਤਿਕਾਰਯੋਗ ਵੀਰੋ, ਅੱਜ ਸੋਚ ਸਮਝ ਕੇ ਕੰਮ ਸੈਪਲੇਟ ਦੀ ਲੋੜ ਹੈ। ਇਹ ਨਾ ਹੋਵੇ ਕਈ ਸਗਰੀਡ ਜੀ ਰੌਲਾ ਪਾ ਕੇ ਆਪਣਾ ਨਵੇਂ ਕੰਮ ਜਾ, ਅੱਜ ਝਾੜੂ ਖੜਾ ਕਰੀ ਕਰ ਫਿਰਦੇ, ਕਈ ਝਾੜੂ ਖੜਾ ਕਰਨਾ ਕਲੇਸ਼ ਦੀ ਜੜ ਹੁੰਦੀ ਹੈ, ਇਹਨੂੰ ਖੜਾ ਨਹੀਂ ਕਰਾਉਣ ਦੇਣਾ ਆਪਾਂ। ਰਾਜ ਆਪਣਾ ਲੈ ਕੇ ਆਉਣਾ ਪੰਜਾਬ ਦੇ ਵਿੱਚ ਲੋਕਾਂ ਦਾ। ਬਹੁਤ ਔਖੀਆਂ ਇਹ ਕਹਿੰਦੇ ਸੀ ਬਦਲਾਵ ਲੈ ਕੇ ਆਉਣਾ, ਬਦਲਾਵ ਆ ਚੁੱਕਿਆ, ਇੱਕ ਯੁੱਗ ਦਾ ਪਰਿਵਰਤਨ ਹੋ ਗਿਆ। ਇਹ ਬੜੀਆਂ ਬੜੀਆਂ ਗੱਡੀਆਂ ਮਹਾਰਾਜਾਂ ਦੇ ਘਰ ਤੇ ਨਿਕਲ ਕੇ ਆਮ ਲੋਕਾਂ ਦੇ ਘਰ ਨੂੰ ਤੁਰੀਆਂ ਹੋਈਆਂ, ਇਹਦਾ ਸਵਾਗਤ ਕਰੋ। ਤਿੰਨ ਮਹੀਨੇ ਮਿਲੇ ਮੁੱਖ ਮੰਤਰੀ ਬਣਨ ਨੂੰ, 3 ਮਹੀਨੇ ਦੇ ਵਿੱਚ ਤੁਹਾਡੇ ਬਿਜਲੀ ਦੇ ਬਕਾਏ ਮਾਫ ਕਰਤੇ, 1500 ਕਰੋੜ ਰੁਪਇਆ ਆਮ ਲੋਕਾਂ ਦੇ ਘਰਾਂ 'ਚ ਗਿਆ, ਹਰ ਵਰਗ ਦੇ ਲੋਕਾਂ ਦੇ ਘਰਾਂ 'ਚ ਗਿਆ ਤੁਹਾਡੇ ਬਿਜਲੀ ਦੇ ਮਾਫ ਕੀਤੇ ਬਿੱਲ। 3 ਰੁਪਏ ਬਿਜਲੀ ਸਸਤੀ ਕਰਤੀ, ਹੁਣ ਹਰ ਘਰ ਨੂੰ 1000, 2000, 5000 ਦਾ ਫਾਇਦਾ ਹੋ ਰਿਹਾ ਮਹੀਨੇ ਦਾ। ਪਾਣੀ ਦੇ ਬਕਾਏ ਮਾਫ ਕਰਤੇ, ਤੁਸੀਂ ਹੁਣ ਪਾਣੀ ਦਾ ਬਕਾਇਆ ਕੋਈ ਨਹੀਂ ਦੇਣਾ, ਕਾਨੂੰਨ ਬਣਾਤਾ, ਤੇ ਅੱਗੇ ਨੂੰ 50 ਰੁਪਏ ਬਿੱਲ ਆਉਣ ਲੱਗ ਗਿਆ ਜਿਹੜਾ 160 ਰੁਪਏ ਆਉਂਦਾ ਸੀ। ਆਮ ਆਦਮੀ ਪਾਰਟੀ ਵਾਲਾ ਕੇਜਰੀਵਾਲ ਨੂੰ ਨਾ ਉਹਨੂੰ ਐਂ ਪਤਾ ਹੀ ਬੱਚੇ ਕਿਆ ਹੁੰਦੇ, ਨਾ ਉਹਨੂੰ ਐਂ ਪਤਾ ਪੰਜਾਲੀ ਕਿਆ ਹੁੰਦੀ, ਨਾ ਉਹਨੂੰ ਇਹ ਪਤਾ ਸੁਆਗਾ ਕਿਆ ਹੁੰਦਾ, ਪੰਜਾਬ 'ਚ ਲੁੱਟਣ ਨੂੰ ਫਿਰਦਾ ਕਿ ਸਾਡਾ ਆਮ ਆਦਮੀ ਹੈ, ਇਹ ਕਿਹੜੇ ਆਮ ਆਦਮੀ ਹੈ, ਆਮ ਆਦਮੀ ਆ ਖੜੇ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਤਕੜੇ ਹੋ ਕੇ ਵੋਟਾਂ ਪਾ ਦਿਓ, ਖਾਲੀ ਕਾਗਜ਼ ਪਰ ਸਾਈਨ ਕਰਾ ਦੂੰਗਾ, ਕਰਕੇ ਦੇ ਦੂੰਗਾ, ਜੋ MP ਲਿਖੇਗਾ, ਜੋ ਸਿਆਲਕਾ ਲਿਖੇਗਾ, ਉਹ ਤੁਹਾਡੇ ਕੰਮ ਆਉਣਗੇ।